ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਅੱਜ ਦੀ ਬਾਜ਼ ਮੈਂ ਦਾਰਾ ਕਬਦੀ ਪਹੁੰਚੇ ਆ ਜੀ ਪਿੰਡ ਪੁੱਟਾ ਦੇ ਵਿੱਚ ਜਿੱਥੇ ਕਿ ਇੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਫੁੱਟਬਾਲ ਅਕੈਡਮੀ ਪਟਾਵਾਲਾ ਜਿਹੜੇ ਇੱਕ ਜਾਗਰਿਕ ਰੈਲੀ ਆ ਪਿੰਡ ਦੇ ਵਿੱਚ ਉਹ ਛੋਟੇ ਛੋਟੇ ਬੱਚਿਆਂ ਦੇ ਨਾਲ ਜਿਹੜੀ ਉਹ ਕੱਢੀ ਗਈ ਆ ਗੱਲ ਕਰਾਂਗੇ ਇਥੋਂ ਉਹਦੇ ਪ੍ਰਮੰਧੀਆਂ ਦੇ ਨਾਲ ਹਾਂਜੀ ਭਾਈ ਜੀ ਕੀ ਨਾਮ ਜੀ ਤੁਹਾਡਾ ਮੇਰਾ ਜੀ ਗੁਰਪ੍ਰੀਤ ਸਿੰਘ ਆ ਜੀ ਅ ਅੱਜ ਜਿਹੜੀ ਤੁਹਾਡੀ ਲੋਕ ਜਾਗਰਿਕ ਰੈਲੀ ਕੱਢੀ ਗਈ ਆ ਇਹ ਜਿਹੜਾ ਪ੍ਰਾਲਾ ਤੁਹਾਡਾ ਕਦੋਂ ਸ਼ੁਰੂ ਕੀਤਾ ਗਿਆ ਅਸੀਂ 1 April ਤੋਂ ਅਕੈਡਮੀ ਜੀ ਸਟਾਰਟਿੰਗ ਕੀਤੀ ਸੀਗੀ ਜੀ ਤੇ ਅਸੀਂ ਹਰ ਸੰਡੇ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਆ ਸਾਡਾ ਦੂਜਾ ਸੰਡੇ ਸੀਗਾ ਤੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਜੀ ਜੋ ਬਿਮਾਰੀਆਂ ਨੇ ਉਹਨਾਂ ਤੋਂ ਬਚਣਾ ਕਿਵੇਂ ਆ ਅੱਜ ਕੱਲ ਤੁਹਾਨੂੰ ਪਤਾ ਵਾ ਵੀ ਡੇਂਗੂ ਆ ਡੇਂ ਸੀਓ ਲੋਕਾਂ ਨੂੰ ਬੱਚਿਆਂ ਦੇ ਨਾਲ ਰੈਲੀ ਕੱਢਣਾ ਸਾਡਾ ਇਹ ਮਕਸਦ ਹੈ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿੱਦਾਂ ਡੇਂਗੂ ਤੋਂ ਬਚਿਆ ਜਾ ਸਕਦਾ ਹੈ ਇਹ ਪਰਾਲਾ ਤੋਂ ਜਿਹੜਾ ਤੁਹਾਡਾ ਕਦੋਂ ਕਤੋਂ ਸ਼ੁਰੂ ਕੀਤਾ ਹੈ ਇਹ ਜੀ ਇਹ ਪਰਾਲਾ ਸਾਡਾ ਜੀ ਇੱਕ ਤਰੀਕ ਤੋਂ ਜਾਂ ਦੀ ਸਟਾਰਟਿੰਗ ਕੀਤੀ ਹੈ ਤੇ ਅੱਜ ਅਸੀਂ ਸੰਡੇ ਆ ਜੀ ਤੇ ਅਸੀਂ ਸਾਢੇ 5 ਵਜੇ ਤੋਂ ਲੱਗੇ ਆ ਜੀ ਪਿੰਡ ਦੇ ਵਿੱਚ ਅਸੀਂ ਰਾਉਂਡ ਲਗਾਉਣ ਆ ਮੈਂ ਕਿੰਨੇ ਕੁ ਬੱਚੇ ਨੇ ਇਸ ਪਰਾਲੇ ਦੇ ਵਿੱਚ ਤੁਹਾਡੇ ਨਾਲ ਸਾਡੇ ਨਾਲ ਦੀ ਐਕਚੁਅਲੀ ਇਹ ਅਕੈਡਮੀ ਦੇ ਵਿੱਚ ਤਾਂ ਜੀ 85 ਬੱਚੇ ਨੇ ਤੇ ਸਾਡੇ ਅੱਜ ਜੀ ਬੱਚੇ ਸੰਡੇ ਹੋਣ ਕਰਕੇ ਸਾਡੇ ਕੋਲੇ ਬੱਚੇ 77 ਨੇ ਜੀ ਅੱਜ ਉਹਨੂੰ ਲੱਗਦਾ ਵੀ ਇਸ ਤਰ੍ਹਾਂ ਜਿਹੜੀ ਰੈਲੀ ਆਪਾਂ ਲੋਕ ਜਾ ਕੇ ਰੈਲੀ ਕਰਦੇ ਆ ਲੋਕ ਅਵੇਅਰਨੈਸ ਹੁੰਦੇ ਨੇ ਜੀ ਇਦਾਂ ਵਾ ਨਾ ਜੀ ਇੱਕ ਪ੍ਰੈਕਟੀਕਲ ਹੁੰਦਾ ਵਾ ਜੀ ਇੱਕ ਥਿਉਰੀ ਹੁੰਦੀ ਆ ਜੇ ਆਪਾਂ ਲੋਕਾਂ ਨੂੰ ਪ੍ਰੈਕਟੀਕਲ ਕਰਕੇ ਦੱਸਾਂਗੇ ਤੇ ਜੀ ਉਹ ਉਹਦੇ ਨਾਲ ਜੀ ਬਹੁਤ ਪ੍ਰਭਾਵ ਪੈਂਦਾ ਵਾ ਜੀ ਲੋਕਾਂ ਨੂੰ ਇਹ ਜਿਹੜੇ ਬੱਚੇ ਨੇ ਪਿੰਡ ਦੇ ਬੱਚੇ ਨੇ ਇਹ ਜੀ ਸਾਡੇ ਕੋਲੇ ਬੱਚੇ ਹੈਗੇ ਨੇ ਜੀ ਇੱਕ ਸੀੜੋਂ ਕਲਾਂ ਤੋਂ ਸੀੜੋਂ ਖੁਰਦ ਤੋਂ ਨੇ ਜੀ ਤੇ ਬਾਕੀ ਸਾਰੇ ਪੁੱਟੇ ਤੋਂ ਨੇ ਜੀ 45 ਸਾਡੇ ਕੋਲ ਕੁੜੀਆਂ ਨੇ ਜੀ ਬਾਕੀ ਸਾਡੇ ਕੋਲ ਮੁੰਡੇ ਨੇ ਜੀ ਇਹ ਸਿਰਫ ਤੁਸੀਂ ਜਿਹੜੀ ਜਾਗਰ ਕਰ ਲਈ ਪਿੰਡ ਪੁੱਟੇ ਚ ਹੀ ਕੱਢਦੇ ਹੋ ਜਾਂ ਕਿ ਲਾਗਪਾਸ ਪਿੰਡ ਦੇ ਇਹ ਜੀ ਅਸੀਂ ਇਹ ਫਿਲਹਾਲ ਤਾਂ ਜੀ ਸਾਡਾ ਇੱਕ ਸਮਝ ਲਓ ਵੀ ਇੱਕ ਟਰੈਲਰ ਆ ਕਿ ਅਸੀਂ ਦੇਖਦੇ ਹਾਂ ਕਿ ਸਾਨੂੰ ਪਿੰਡ ਦੇ ਵਿੱਚੋਂ ਕਿੰਨਾ ਕੁ ਸਾਥ ਮਿਲ ਸਕਦਾ ਵਾ ਅਸੀਂ ਆ ਸੰਡੇ ਜੀ ਅਸੀਂ ਇੱਕ ਇੱਥੇ ਕੱਢਣੀਆਂ ਤੇ ਅਗਲੇ ਇੱਕ ਸੰਡੇ ਛੱਡ ਕੇ ਉਸ ਤੋਂ ਬਾਅਦ ਅਸੀਂ ਦੋ ਪਿੰਡਾਂ ਚ ਹੋਰ ਕੱਢਣੀਆਂ ਜੀ ਸੀਲੋਂ ਵੱਡੀ ਸੀਲੋਂ ਜੀ ਜਿਵੇਂ ਕਿ ਤੁਸੀਂ ਦੇਖਿਆ ਜਿਹੜੇ ਸੰਤ ਬਾਬਾ ਈਸ਼ਰ ਸਿੰਘ ਫੁੱਟਬਾਲ ਅਕੈਡਮੀ ਪਿੰਡ ਪੁੱਟਾ ਦੇ ਜਿਹੜੇ ਨੌਜਵਾਨ ਨੇ ਸਾਡੇ ਕੋਲ ਖੜੇ ਨੇ ਇਸ ਟਾਈਮ ਇਹਨਾਂ ਦਾ ਬਹੁਤ ਵਧੀਆ ਪ੍ਰਾਰਲਾ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਰਨੈਸ ਕਰਨ ਵਾਸਤੇ ਜਿਵੇਂ ਕਿ ਗਰਮੀ ਦਾ ਮੌਸਮ ਆ ਡੇਂਗੂ ਜਿਹੜਾ ਵਿਕਾਰ ਆ ਉਹ ਆਮ ਤੇ ਰੁੱਖਾਂ ਦੀ ਸੰਭਾਲ ਪ੍ਰਦੂਸ਼ਣ ਤੋਂ ਅਸੀਂ ਕਿਵੇਂ ਬਚਣਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਨੇ ਲੋਕਾਂ ਨੂੰ ਅਵੇਰਨੈਸ ਵਾਸਤੇ ਜਿਹੜੀ ਜਾਗਰਕ ਰੈਲੀ ਕੱਢੀ ਸਾਡੇ ਕੋਲ ਹੋਰ ਸਾਡੇ ਭਾਈ ਜੀ ਮੌਜੂਦ ਨੇ ਭਾਈ ਜੀ ਜਿਹੜੀ ਇਹ ਅੱਜ ਤੁਸੀਂ ਜਾਗਰਕ ਰੈਲੀ ਕੱਢੀ ਆ ਇਹ ਲੋਕਾਂ ਨੂੰ ਕੀ ਸਨੇਹਾ ਦੇਣਾ ਚਾ ਅਸਲ ਵਿੱਚ ਜੀ ਮੈਂ ਇਹ ਚਾਹਨਾ ਮੈਂ ਜੀ ਬੱਚੇ ਵਧੀਆ ਉਦੋਂ ਹੀ ਬਣ ਸਕਦੇ ਆ ਉਹ ਖੇਡਣ ਨਾਲ ਨਹੀਂ ਜੇ ਉਹਨਾਂ ਦਾ ਆਲਾ ਦਵਾਲਾ ਵੀ ਵਧੀਆ ਹੋਊਗਾ ਆਪਾਂ ਸਫਾਈ ਰੱਖਾਂਗੇ ਇਹ ਪਿੰਡ ਵਾਲਿਆਂ ਨੂੰ ਇੱਕ ਪੈਗਾਮ ਆ ਸਾਡਾ ਜੇ ਆਪਾਂ ਕਹੀ ਇਹਨਾਂ ਸਰਕਾਰਾਂ ਕਿਦੋਂ ਤੱਕ ਜ਼ੋਰ ਲਾਉਣਗੀਆਂ ਸਾਨੂੰ ਆਪ ਵੀ ਖੁਦ ਕਰਨਾ ਪੈਣਾ ਮੈਂ ਤੇ ਸਾਡੇ ਜੋ ਟੀਚਰ ਨੇ ਬੱਚਿਆਂ ਨੂੰ ਸਿਖਾਉਂਦੇ ਨੇ ਬੱਚੇ ਆ ਕੇ ਸਾਨੂੰ ਦੱਸਦੇ ਤੇ ਅੱਜ ਸਾਡਾ ਪਹਿਲਾ ਦਿਨ ਸੀਗਾ ਆਪਦੇ ਪਿੰਡ ਵਿੱਚ ਅੱਗੇ ਤੋਂ ਅਸੀਂ ਕੋਸ਼ ਸਫਾਈ ਅਭਿਆਨ ਆਪ ਵੀ ਕਰਾਂਗੇ ਇਹ ਰੈਲੀ ਕੱਢਣ ਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਹੀ ਕਹਿਣਾ ਅਗਲੇ ਸੰਡੇ ਹੋ ਸਕਦਾ ਅਸੀਂ ਆਪ ਸਫਾਈ ਕਰਾਂਗੇ ਜੀ ਇਹ ਜਿਹੜਾ ਪਰਾਲਾ ਕਿੰਨਾ ਕੁ ਦਾ ਸਹਿਯੋਗ ਆ ਤੁਹਾਨੂੰ ਇਸ oprale ਦੇ ਵਿੱਚ ਜਿਵੇਂ ਜੀ ਸਾਨੂੰ ਬਾਹਰੋਂ ਮੁੰਡਿਆਂ ਦਾ ਅਸੀਂ ਅਸਲ ਵਿੱਚ ਤਾਂ 1 ਅਪ੍ਰੈਲ ਤੋਂ ਹੀ ਸ਼ੁਰੂ ਕੀਤਾ ਜੀ ਜਿਵੇਂ ਬਾਹਰੋਂ ਮੁੰਡਿਆਂ ਦਾ ਵਧੀਆ ਸਹਿਯੋਗ ਹੋ ਰਿਹਾ ਵਾ ਹੌਲੀ ਹੌਲੀ ਜਿਵੇਂ ਬੱਚਿਆਂ ਨੂੰ ਅਸੀਂ ਖੁਰਾਕ ਦਾ ਵੀ ਇੰਤਜ਼ਾਮ ਕਰਨ ਲੱਗੇ ਹੋਏ ਆ ਜਿਵੇਂ ਜਿਵੇਂ ਸਾਨੂੰ ਸਹਿਯੋਗ ਹੋਊਗਾ ਪਰ ਮੈਂ ਫੇਰ ਇਹੀ ਗੱਲ ਕਹਿਣਾ ਜੀ ਸਭ ਤੋਂ ਪਹਿਲਾਂ ਸਫਾਈ ਜ਼ਰੂਰੀ ਆ ਉਦੋਂ ਬਾਅਦ ਵੱਡੀ ਸਿਹਤ ਬਣਦੀ ਆ ਜੀ ਜਿਵੇਂ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਪਲਾਸਕਟ ਦੇ ਕੀ ਨੁਕਸਾਨ ਨੇ ਜੀ ਤੇ ਜਲ ਕਿਵੇਂ ਬਚਾਇਆ ਜਾ ਸਕਦਾ ਵਾ ਉਹ ਜੇ ਅਸੀਂ ਸ਼ੁਰੂ ਆਪਣੇ ਪਿੰਡ ਤੋਂ ਕਰਾਂਗੇ ਤਾਂ ਕਿਤੇ ਜਾ ਕੇ ਉਹ ਗਾਂ ਉਹ ਉਹਦਾ ਫਾਇਦਾ ਹੋਣਾ ਮਾ ਪਿੰਡ ਪੱਧਰ ਤੋਂ ਹੀ ਸ਼ੁਰੂ ਕਰਨਾ ਪੈਣਾ ਹੈ ਜੀ ਜਿਵੇਂ ਕਿ ਤੁਸੀਂ ਦੱਸਿਆ ਵੀ ਲੋਕਾਂ ਨੂੰ ਅਵੇਰਨੈਸ ਕਰਨ ਬਾਅਦ ਤੇ ਬਹੁਤ ਵੱਡੀ ਸਮੇਂ ਦੀ ਲੋੜ ਹੈ ਇਹ ਇਹ ਤੁਹਾਡੀ ਹਜੇ ਸਟਾਰਟਿੰਗ ਆ ਅੱਗੇ ਅੱਗੇ ਜਾ ਕੇ ਤੁਸੀਂ ਇਹਦੇ ਵਿੱਚ ਹੋਰ ਕਿਹੜੀਆਂ ਤਬਦੀਲੀਆਂ ਕਰਨਾ ਚਾਹੁੰਦੇ ਹੋ ਜੀ ਅਸਲ ਵਿੱਚ ਪਤਾ ਕੀ ਹੈ ਜੀ ਹਜੇ ਤਾਂ ਪਹਿਲਾ ਵਾਰ ਅੱਜ ਦੇਖਦਿਆਂ ਕੱਲ ਤੋਂ ਸਾਨੂੰ ਕੀ ਰਿਸਪੌਂਸ ਮਿਲਦਾ ਕਿੰਨੇ ਲੋਕ ਹਜੇ ਤਾਂ ਸਾਡੇ ਨਾਲ ਬੱਚੇ ਹੀ ਹੋਏ ਨੇ ਜੀ ਪਰ ਸਾਨੂੰ ਇੰਨੀ ਖੁਸ਼ੀ ਆ ਵੀ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਬਹੁਤ ਵੇਅਰ ਆ ਇਹਦੇ ਮਾਮਲੇ 'ਚ ਸਾਡੇ ਬਜ਼ੁਰਗਾਂ ਨੂੰ ਬੇਸਕ ਇਹ ਚੀਜ਼ ਦੀ ਹਜੇ ਨੌਲੇਜ ਨਹੀਂ ਅਸੀਂ ਉਹਨਾਂ ਨੂੰ ਜਗਾ ਰਹੇ ਹਾਂ ਪਰ ਆਉਣ ਵਾਲੇ ਬੱਚੇ ਵੇਅਰ ਨੇ ਇਹਦੇ ਮਾਮਲੇ 'ਚ ਜੀ